ਸਰਬਜੀਤ ਸਿੰਘ ਦੇ ਕਾਤਲ ਦਾ ਕਤਲ ਕਰਨ ਵਾਲੇ ਦਾ ਕਤਲ ਕਰ ਦਿੱਤਾ ਗਿਆ। ਲਾਹੌਰ 'ਚ ਮਾਰਿਆ ਗਿਆ ਸਰਫਰਾਜ਼ ਉਰਫ ਅਮੀਰ ਤਾਂਬਾ। ਅਣਪਛਾਤੇ ਗਨਮੈਨ ਨੇ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ। ਸਰਫਰਾਜ਼ ਨੇ ਜੇਲ੍ਹ ਦੇ ਵਿੱਚ ਸਰਬਜੀਤ ਸਿੰਘ ਦਾ ਕਤਲ ਕੀਤਾ ਸੀ ਤਾਂ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਸੀ ਸਰਬਜੀਤ ਸਿੰਘ, ਜਿਸਦਾ ਉਹਨਾਂ ਜਿਨ੍ਹਾਂ ਨੇ ਉਸਦਾ ਕਤਲ ਕੀਤਾ ਸੀ ਉਸਦਾ ਕਤਲ ਕਰ ਦਿੱਤਾ ਗਿਆ। ਤਾਂ ਲਾਹੌਰ 'ਚ ਮਾਰਿਆ ਗਿਆ ਸਰਫਰਾਜ਼ ਉਰਫ ਅਮੀਰ ਤਾਂਬਾ, ਜਿਸਨੇ ਸਰਬਜੀਤ ਦਾ ਕਤਲ ਕੀਤਾ ਸੀ। ਤਾਂ ਸਰਬਜੀਤ ਸਿੰਘ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਸਨ, ਜਿਨ੍ਹਾਂ ਦਾ ਉੱਥੇ ਕਤਲ ਕਰ ਦਿੱਤਾ ਗਿਆ ਸੀ। ਹੁਣ ਅਣਪਛਾਤੇ ਗਨਮੈਨ ਦੇ ਵੱਲੋਂ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਲਾਹੌਰ 'ਚ ਸਰਫਰਾਜ਼ ਉਰਫ ਅਮੀਰ ਤਾਂਬਾ ਮਾਰਿਆ ਗਿਆ। ਅਣਪਛਾਤੇ ਗਨਮੈਨ ਨੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਸਰਫਰਾਜ਼ ਨੇ ਜੇਲ੍ਹ 'ਚ ਸਰਬਜੀਤ ਸਿੰਘ ਦਾ ਕਤਲ ਕੀਤਾ ਸੀ। ਪਾਕਿਸਤਾਨ ਦੀ ਜੇਲ੍ਹ 'ਚ ਬੰਦ ਸੀ ਸਰਬਜੀਤ ਸਿੰਘ। ਤਾਂ ਵਧੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਜੀ ਜੁੜੇ ਨੇ। ਵਿਨੇਸ਼, ਕੀ ਕੁਝ ਜਾਣਕਾਰੀ ਹੈ ਇਸ ਪੂਰੀ ਖਬਰ ਤੇ? ਦੇਖੋ ਪ੍ਰੀਤੀ, ਇਸ ਜਿਹੜੇ ਸਰਬਜੀਤ ਸੀਗੇ ਇੰਡੀਅਨ ਸਿਟੀਜ਼ਨ ਸੀਗੇ, ਜਿਹੜੇ ਅੰਮ੍ਰਿਤਸਰ ਦੇ ਨੇੜੇ ਉਹਨਾਂ ਦਾ ਪਿੰਡ ਸੀਗਾ, ਅਤੇ ਉਹ ਕਾਫੀ ਟਾਈਮ ਤੋਂ ਜਿਹੜੇ ਉੱਥੇ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਸੀਗੇ। ਅਤੇ ਕੁਛ ਸਾਲ ਪਹਿਲਾਂ ਉਹਨਾਂ ਦੀ ਖਬਰ ਆਈ ਸੀਗੀ ਕਿ ਉੱਥੇ ਜੇਲ੍ਹ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ। ਅਤੇ ਹੁਣ ਇਹ ਖਬਰ ਆ ਰਹੀ ਹੈ ਕਿ ਜਿਨ੍ਹਾਂ ਦੇ ਉੱਪਰ ਆਰੋਪ ਸੀਗਾ, ਜਿਸ ਦੇ ਉੱਪਰ ਆਰੋਪ ਸੀ ਸਰਬਜੀਤ ਸਿੰਘ ਨੂੰ ਮਾਰਨ ਦਾ, ਉਹਨਾਂ ਦਾ ਨਾਮ ਹੈ ਸਰਫਰਾਜ਼ ਉਰਫ ਅਮੀਰ ਤਨਵਾ। ਅਤੇ ਉਸ ਦੀ ਵੀ ਜਿਹੜੀ ਹੈ ਉੱਥੇ ਕਿਲਿੰਗ ਹੋ ਗਈ ਹੈ ਪਾਕਿਸਤਾਨ ਦੇ ਵਿੱਚ, ਲਾਹੌਰ ਦੇ ਵਿੱਚ। ਅਤੇ ਇਹ ਜਿਹੜਾ ਜਿਨ੍ਹਾਂ ਦਾ ਮੈਂ ਨਾਮ ਲੈ ਰਿਹਾ ਸਰਫਰਾਜ਼ ਉਰਫ ਅਮੀਰ ਤਨਵਾ, ਇਹ ਦੱਸਿਆ ਜਾ ਰਿਹਾ ਕਿ ਜਿਹੜੇ ਮੋਸਟ ਵਾਂਟਡ ਟੈਰਰਿਸਟ ਹੈ ਇੰਡੀਆ ਲਈ, ਹਾਫਿਜ਼ ਸਈਦ, ਇਹ ਉਹਨਾਂ ਦੇ ਕਰੀਬੀ ਮੰਨੇ ਜਾਂਦੇ ਸੀਗੇ। ਅਤੇ ਉਸ ਤੋਂ ਬਾਅਦ ਜਿਹੜੀ ਅੱਜ ਇਸ ਤਰੀਕੇ ਦੀ ਖਬਰ ਆ ਰਹੀ ਹੈ ਕਿ ਉਹਨਾਂ ਦੀ ਅਮੀਰ ਤਨਵਾ ਦੀ ਉੱਥੇ ਮਰਡਰ ਹੋ ਗਿਆ। ਅਤੇ ਇਹ ਕਿਤੇ ਨਾ ਕਿਤੇ ਇਹ ਹੈ ਕਿ ਜਿਹੜੇ ਆਪਣੇ ਇੰਡੀਅਨ ਗਵਰਨਮੈਂਟ ਹੈ ਉਹਨਾਂ ਦੇ ਐਫਰਟਸ ਦੇ ਵਿੱਚ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਜਿਹੜਾ ਡਿਪਲੋਮੈਟਿਕਲੀ ਉੱਥੇ ਪ੍ਰੈਸ਼ਰ ਬਿਲਡ ਕੀਤਾ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਇਸ ਟਾਈਪ ਦੀ ਖਬਰ ਆ ਰਹੀ ਹੈ ਕਿ ਉਹਨਾਂ ਦੀ ਉੱਥੇ ਮੌਤ ਹੋ ਗਈ ਹੈ। ਤਾਂ ਵਿਨੇਸ਼, ਇਸ ਦੇ ਵਿੱਚ ਕੁਛ ਪਤਾ ਚੱਲ ਪਾਇਆ ਇਹ ਗਨਮੈਨ ਕੌਣ ਸੀ ਜਿਸਨੇ ਉਸਦਾ ਕਤਲ ਕੀਤਾ? ਨਹੀਂ ਪ੍ਰੀਤੀ, ਹਜੇ ਇਸ ਸੰਬੰਧੀ ਕੋਈ ਪਹਿਚਾਣ ਨਹੀਂ ਹੋ ਪਾਈ ਹੈ ਜਾਂ ਕਿਹਨਾਂ ਨੇ ਮਾਰਿਆ, ਹਜੇ ਤਾਂ ਅਣਪਛਾਤੇ ਲੋਕਾਂ ਵੱਲੋਂ ਹੀ ਕਿਹਾ ਜਾ ਰਿਹਾ ਹੈ। ਅਤੇ ਪਰ ਇਹ ਖਬਰ ਜ਼ਰੂਰ ਕਨਫਰਮ ਹੈ ਕਿ ਅਮੀਰ ਤਨਵਾ ਜਿਹੜੇ ਕਿ ਸਰਬਜੀਤ ਦੇ ਕਾਤਿਲ ਸੀਗੇ, ਸਰਬਜੀਤ ਜਿਹੜੇ ਪੰਜਾਬ ਦੇ ਵਸਨੀਕ ਸੀਗੇ, ਭਾਰਤੀ ਪੰਜਾਬ ਦੇ, ਉਹਨਾਂ ਨੂੰ ਉੱਥੇ ਜਿਹੜੀ ਹੈ ਮੌਤ ਹੋ ਚੁੱਕੀ ਹੈ। ਧੰਨਵਾਦ ਵਿਨੇਸ਼ ਪੂਰੀ ਜਾਣਕਾਰੀ ਦੇ ਲਈ।